ਅੰਬੈਲ ਨਾ ਖਵਾ ਦੀ ਤੇਰੀ ਭਾਈ ਮਿਹਰਬਾਨੀ ਓ ਪੱਛੇ ਆ ਮੱਝਾਂ ਅੰਬੈਲ ਵੀ ਖਾ ਲੈਣ ਜਿੰਨਾ ਮਰਜ਼ੀ ਆ ਵੇਖੋ ਹੁਣ ਇੱਧਰ ਲੱਗੀਆਂ ਆ ਜਾਂਦੇ ਆ ਆਉਡੇ ਕੱਪੋ ਕਿਹੜੇ ਲੱਗਾ ਐਡੇ ਤੁਸੀਂ ਲੋ ਵੀ ਇੱਕ ਹੋਰ ਪਲੇਅਰ ਸਾਹਿਬ ਆ ਗਏ ਨੇ ਪੀਐਸਐਲ ਦੇ ਪਲੇਅਰ ਆ ਗਏ ਨੇ ਪੀਐਸਐਲ ਦੇ ਪਲੇਅਰ ਬੋਲਿੰਗ ਚੈੱਕ ਕਰੋ ਇਹਨਾਂ ਦੀ ਬਸ ਬੋਲਿੰਗ ਚੈੱਕ ਕਰਾ ਦੀ ਬੋਲਿੰਗ ਕਿਵੇਂ ਕਰਾਉਣਾ ਹੈ ਅਸੀਂ ਇੱਥੇ ਆ ਕੇ ਤੇ ਦੋ ਚਾਰ ਠੁਮਕੇ ਲਾ ਕੇ ਫਿਰ ਗਿਰਨੀ ਆ ਗਏ ਗਈ ਬਾਲ ਉਹ ਗੇਂਦ ਆ ਗਈ ਇਹਨੇ ਚੈਲੰਜ ਕਰਦੇ ਕਹਿੰਦਾ ਸ਼ਾਟ ਲਾ ਵਿਖਾਓ ਡਰ ਗਿਆ ਵੇਖੋ ਬੇਕਾਰ ਯੂਨਸ ਬੇਕਾਰ ਯੂਨਸ ਬੋਲਿੰਗ ਹੀ ਨੀ ਕੰਮ ਦੀ ਬੇਕਾਰ ਨਾਮ ਕਿਸ ਚੀਜ਼ ਦਾ ਇਹ ਵਾਕਈ ਬੇਕਾਰ ਹੋ ਗਿਆ ਆਊਟ ਮਿਹਨਤ ਜ਼ਾਇਆ ਕਰ ਦਿੱਤੀ ਹੈ ਇਸ ਬੰਦੇ ਨੇ ਫਿਰ ਬਕਾਰ ਮਜ਼ਾ ਨਵਾਨ ਲਗਾ ਜਾਂਦਾ ਆ ਮੱਝਾਂ ਬੈਲ ਵੀ ਖਾ ਲੈਂਦੇ ਜਿੰਨਾ ਮਰਜ਼ੀ ਆ ਵੇਖੋ ਹੁਣ ਇੱਧਰ ਲੱਗੀਆਂ ਜਾਂਦੇ ਆ ਵੇਖੋ ਆ ਨਵਾਉਣ ਚੱਲਣ ਇਹਨਾਂ ਨੂੰ ਮਸ਼ੀਨ ਰੱਖੀ ਨਵਾਉਣ ਵਾਲੀ ਤਿੰਨ ਬਾਲਾਂ ਹੋ ਗਈਆਂ ਤਿੰਨ ਬਾਲਾਂ ਹੋ ਗਈਆਂ ਨੇ ਤੂੰ ਹੀ ਗਾਣਾ ਮੈਂ ਤਿੰਨ ਬਾਲਾਂ ਆ ਨਹੀਂ ਉਹ ਨਹੀਂ ਦੀ ਮੋਬਾਈਲ ਤੇ ਖੇਡਨੇ ਆ ਲੁੱਡੋ ਮੈਂ ਨਹੀਂ ਰੱਖੀ ਮੋਬਾਈਲ ਤੇ ਖੇਡਣਾ ਬੈਗ ਖੇਡੋ ਸ਼ਰਤ ਲਾ ਕੇ ਨਾ ਖੇਡੀਏ ਇੱਕ ਇੱਕ ਗੋਟੀ ਅੱਖ ਲਾਉਣ ਕਿਤੇ ਅੱਖਾਂ ਬੰਨ ਕੇ ਉਸ ਦਿਨ ਮੋਬਾਈਲ ਤੇ ਖੇਡਲੇ ਇੱਕ ਇੱਕ ਗੋਟੀ ਜਿੰਦੀ ਪਹਿਲੇ ਭੋਗੀ ਹੋ ਜਾਂਦੀ ਆ ਮਜ਼ਾ ਆ ਯਾਰ ਵੇ ਲੋ ਕਿਤੇ ਬਣ ਆਏ ਤੇ ਉਹ ਤੁਸੀਂ ਦਾ ਰੁੱਖ ਰੱਖ ਪਿਆ ਲੋ ਨਾਲ ਲਿੱਤਰ ਵਜਣ ਨਹੀਂ ਲਿੱਤਰ ਨਹੀਂ ਵਜਣੇ ਉਵੇਂ ਆ ਛੇੜਾ ਹੈਗੇ ਨਾ ਆ ਛੇੜਨ ਛੁੜਨ ਹੈਗਾ ਲਾਸਟ ਬਾਲ ਹੈ ਆ ਲਾਸਟ ਬਾਲ ਹੈ
ਤੇਰਾ ਭਲਾ ਹੋ ਜਾ ਤੇਰਾ ਲੈ ਚੱਲਿਆ ਸੀ ਉਹਨੇ ਸ਼ੇਰ ਹੀ ਮੇਰਾ ਆ ਬੋਲ ਦਿਆ ਛੱਕੇ ਨਾ ਦੇ ਵਾ ਵਰਨਾ ਛੱਕੇ ਬਾਹਰ ਜਾਣੇ ਸੀ ਮੇਰਾ ਹੈਲਮਟ ਦਿਆ ਜਾਏ ਪਲੀਜ਼ ਹੈਲਮਟ ਦਿਓ ਤੋ ਗੇਰ ਲਗੇਗੀ ਮੁਝੇ ਬਹੁਤ ਬੁਰੀ ਕੀ ਤੋ ਇਹ ਕਿ ਹੈ ਲੈਫਟ ਡਰ ਵੀ ਆਤਾ ਇਸੇ ਹੋਰ ਹੋ ਗਿਆ ਭਾਈ ਦੋ ਕਹਿੰਦਾ ਜਾਂ ਕਰਾ ਲੈ ਉਹ ਭਾਈ ਵਰੀ ਆ ਗਈ ਮੇਰੀ ਫੋਨ ਕੀ ਨਹੀਂ ਹੋ ਨਾ ਵਰੀ ਆ ਗਈ ਮੇਰੀ ਮੈਂ ਕਿਹਾ ਉਹ ਕਰਾਉਣ ਵਾਲਾ ਨਹੀਂ ਪਤਾ ਮੈਂ ਤਾਂ ਆਊਟ ਦਾ ਪਤਾ ਹਾਂ ਆਊਟ ਦਾ ਪਾਇਆ ਚਾਰ ਜਦੋਂ ਆਊਟ ਕਰ ਲਿਆ ਉਦੋਂ ਵਾਈ ਲੈ ਲਿਆ ਆਈਏ ਆ ਹੁਣ ਵਾਈਟਾਂ ਡਲ ਗਿਆ ਜਾਂ ਵਾਈਟਾਂ ਸਾਡਾ ਪਿਆ ਇਹ ਵਾਈਟਾਂ ਹੀ ਸਾਡੇ ਇਹਨਾਂ ਬਾਸ ਚਾਲੀ ਜਾਂ ਤਿੰਨ ਕਹਿੰਦੇ ਆਊਟ ਚੱਲ ਫਿਰ ਲੈ ਚਾਰ ਹੀ ਹੋ ਗਿਆ ਬੜਾ ਵੱਡਾ ਤਿੰਨ ਕਹਿੰਦਾ ਆਊਟ ਕਰਨਾ ਇਹਨੂੰ ਆ ਤਾਂ ਵਾਈਟਾਂ ਹੱਟੀ ਹੁੰਦਾ ਬਸ ਤਿੰਨ ਕਹਿੰਦਾ ਰਹਿ ਗਿਆ ਵੇਖੋ ਆਹੋ ਗੇਂਦ ਆਊਟ ਨਹੀਂ ਲਿਆਓ ਜੀ ਬਕਾਲ ਨੂੰ ਵਕਾਲ ਨੇ ਸੀ ਬੇਕਾਲ ਹੀ ਉਹਨਾਂ ਸੇ ਮੈਂ ਕਿ ਤੀਸਰੀ ਗੇਂਦ ਤੇ ਲੋੜ ਦਾ ਇਹ ਤੇਰੇ ਲਾ ਖਰੇ ਮੈਂ ਆਊਟ ਨਹੀਂ ਹੋਇਆ ਨਾ ਕੋ ਸਾਰੇ ਤੂੰ ਤੇਰੇ ਤੂੰ ਮੈਂ ਮੈਨੂੰ ਫੜਾ ਲੈ ਜੇ ਮੈਨੂੰ ਆਊਟ ਕਰ ਜਾਂ ਸੀਗਾ ਉਹਨੇ ਲੱਗ ਜਾਣਾ ਅੱਜ ਦੀ ਲਾਸਟ ਗੇਂਦ ਰਹੇਗੀ ਨਾ ਆਪਣਾ ਇੱਕ ਕਵਰ ਹੋ ਜਾਦਾ ਨਾ ਲਾਸਟ ਗੇਂਦ ਰਹੇਗੀ ਕੈਸ਼ ਕਰ ਯਾਰ ਤੂੰ ਅਸਲੇ ਬੇਕਾਰ ਹੈ ਉਹ ਉਧਰ ਕੈਸ਼ ਪੁੰਦੀ ਸੀ ਬੋਰਡ ਨੂੰ ਪਾੜ ਦਲਾਈਆਂ ਵਿੱਚੋਂ ਕੋਸ਼ਿਸ਼ ਕਰ ਕੋਈ ਮੈਂ ਸ਼ਾਟ ਨਹੀਂ ਮਾਰਦਾ ਮੈਂ ਆ ਖੱਬੀ ਖੱਬੀ ਲੈਫਟੀ ਕੈਸ਼ ਇਹਨੂੰ ਕੱਢੋ ਬਾਹਰ ਟੀਮ ਜੋ ਮੈਂ ਲੈਫਟੀ ਹੈਗਾ ਤੇ ਐਵੇਂ ਗੇਂਦ ਕਿਤੇ ਗੁੰਮ ਹੋ ਜਾਏ ਵੇਖੋ ਛੱਕਾ ਲੱਗਣ ਲੱਗਾ ਹੁਣ ਉਹ ਛੱਕਾ ਲੱਗ ਗਿਆ ਕੈਚ ਨਹੀਂ ਹੁੰਦੀ ਵੀ ਕਿਸੇ ਕੋਲੋਂ ਹਾਂ ਗੇਂਦ ਸ਼ਾਟ ਪੈਂਦੀ ਵੀ ਕਹਿੰਦਾ ਸੀ ਤਿੰਨ ਗੇਂਦਾਂ ਦੇ ਤੁਸੀਂ ਛੱਕਾ ਨਾ ਸਕਦੇ ਆਊਟ ਹੋ ਗਿਆ ਜੀ ਹਾਂ ਹੁਣ ਆਊਟ ਹੋ ਗਿਆ ਨੇ ਆਊਟ ਹੋ ਗਿਆ ਆਊਟ ਹੋ ਗਿਆ ਹਾਂ ਹੋ ਗਿਆ ਬੇਕਾਰ ਯੂਨਸ ਆ ਗਏ ਨੇ ਤੇ ਵੇਖੋ ਇਹਨਾਂ ਦੀ ਬੈਟਰੀ ਹਾਂ ਚੈੱਕ ਕਰੋ ਇਹਨਾਂ ਨੂੰ ਚੈੱਕ ਕਰੋ ਇੱਧਰ ਫਰੇਮ ਬੱਤਰ ਆ ਗਿਆ ਹੁਣ ਤ੍ਰੇ ਬਖਤਰ ਦਾ ਕੋਈ ਬੰਦਾ ਸਾਹਮਣਾ ਨਹੀਂ ਕਰ ਸਕਦਾ ਇਹ ਮੈਂ ਚੈੱਕ ਕਰਨਾ ਪਿਆ ਅਕਾਲ ਬੋਲ ਚਲੀ ਗਈ ਤੇ ਆਊਟ ਹੋਣ ਦਾ ਬੱਚੇ ਨੇ ਬਸ ਕੈਚ ਹੋ ਜਾਣਾ ਸੀ ਇੱਕ ਲੂਜ਼ ਬਾਲ ਦਿੱਤੀ ਉਹਦਾ ਨੁਕਸਾਨ ਬਸ ਹੁਣ ਸ਼ਾਟ ਨਹੀਂ ਲਾ ਸਕਦੇ ਹੁਣ ਆਊਟ ਹੀ ਹੋਣਾ ਇਹਨੇ ਸਿੱਧਾ ਚੈੱਕ ਕਰਿਆ ਜੀ ਬਸ ਉਹਨੂੰ ਆ ਵੇਖੋ ਆ ਬੋਲ ਆ ਗਈ ਤਿੰਨ ਗਿੰਦਾ ਆ ਚੈੱਕ ਕਰੋ ਆ ਲੱਗ ਗਈ ਆ ਬੋਲ ਹੋਈ ਚਾਰ ਬੋਲਾਂ ਆ ਗਈਆਂ ਨੇ ਬੜਾ ਬੜਾ ਚੈਲੇਂਜ ਹੋ ਗਿਆ ਕਹਿੰਦੇ ਲੱਗਣ ਨੀ ਦੇਣੀ
ਆਉਣ ਜਾ ਕਰੋ ਚੈਲੰਜ ਕਾਮਯਾਬ ਹੁੰਦਾ ਜਾਂ ਨਾਕਾਮ ਹੁੰਦਾ ਹੈ ਚੈੱਕ ਕਰੋ ਗੇਂਦ ਗੁੰਮ ਹੋ ਗਈ ਏ ਦੋਸਤੋ ਆਹ ਚੈੱਕ ਕਰੋ ਮੱਝਾਂ ਨਹਾਉਂਦਾ ਪਿਆ ਆਹ ਚੈੱਕ ਕਰੋ ਆਹ ਚੈੱਕ ਕਰੋ ਆ ਵੇਖ ਕੱਟੀ ਆਉਂਦੀ ਪਈ ਹੈ ਕਹਿੰਦੀ ਮੇਰੀ ਵੀਡੀਓ ਬਣਾਓ ਆਹ ਵੇਖੋ ਆਹ ਵੇਖੋ ਆਹ ਵੀ ਕੱਟੀ ਆਹ ਮੱਝ ਨਹਾਉਂਦੇ ਪਹਿਲਾਂ ਚੈੱਕ ਕਰੋ ਆਹ ਜਿਹੜਾ ਬੋਲ ਗੁੰਮ ਹੋਇਆ ਬੋਲ ਰਬਨ ਚੱਲੇ ਨੇ ਵਿਕਾਸ ਯੂਨਸ ਤੇ ਅਸ਼ਰ ਯੂਨਸ ਆਹ ਚੈੱਕ ਕਰੋ ਗੇਂਦ ਲੱਭਦੇ ਪੈਣੇ ਤੇ ਵੇਖੋ ਹੁਣ ਗੇਂਦ ਲੱਭਦੀ ਕਿ ਨਹੀਂ ਤਾਈਆਂ ਤਾਈ ਨੇ ਤੇ ਤਾਈਆਂ ਵਿੱਚ ਪਾਣੀ ਵੀ ਖੜਾ ਕੈਮਰਾ ਜ਼ੂਮ ਕਰਕੇ ਦਿਖਾਏ ਬਾਈ ਕੋ ਇਹ ਦੇਖੇ ਇਹ ਬਾਈ ਦੇਖੇ ਪਾਣੀ ਖੜਾ ਹੋ ਜਾ ਪਾਣੀ ਮੇ ਬਾਲ ਢੂੰਢ ਰਹੇ ਹੈ ਕੈਮਰੇ ਚ ਨਹੀਂ ਆਈ ਗੇਂਦ ਆ ਦੋਸਤੋ ਆ ਚੈੱਕ ਕਰੋ ਪਾਣੀ ਬਹੁਤ ਖੜਾ ਹੈ ਤੇ ਗੇਂਦ ਲੱਭਣਾ ਮੁਸ਼ਕਲ ਹੈ ਤੇ ਚੈੱਕ ਕਰੋ ਆਪਾਂ ਗੇਂਦ ਢੂੰਢਦੇ ਆ ਹੁਣ ਬੰਦ ਕਰ ਲੈ ਕੈਮਰਾ ਲਓ ਜੀ ਗੇਂਦ ਗੁੰਮ ਹੋ ਗਈ ਹੈ ਇਹ ਖੰਜੀ ਇਹ ਛੋਰ ਨੇ ਖੜਾਈ ਹੈ ਤੇ ਹੁਣ ਉਹ ਬੱਲਾ ਲੈ ਕੇ ਖਲੋ ਗਿਆ ਚਲੋ ਵੀ ਹੁਣ ਗੇਮ ਬਦਲੋ ਤੇ ਹੁਣ ਕੋਈ ਹੋਰ ਗੇਮ ਖੇਡੋ ਹੈ ਹੁਣ ਗੇਂਦ ਲਿਆਵਾਂਗੇ ਨਵੀਂ ਸੁਬਾਹ ਤੇ ਫਿਰ ਕ੍ਰਿਕਟ ਖੇਡਾਂਗੇ ਠੀਕ ਹੈ